ਅਸਲਾਮ ਵਾਲੇਕਮ ਜਨਾਬ, ਅੱਜ ਦੀ ਵੀਡੀਓ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਤੁਹਾਨੂੰ ਆਪਾਂ ਪੋਟਾਸ਼ ਲਾਉਣੀ ਆ ਅਤੇ ਦਾਣੇਦਾਰ ਜ਼ਹਿਰ ਪਾਉਣੀ ਆ ਅਤੇ ਸਪਰੇਅ ਕਰਨੀ ਆ ਪੋਟਾਸ਼ ਦੀ ਅਤੇ ਜ਼ਿੰਕ ਦੀ। ਇਸ ਵੀਡੀਓ 'ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ, ਸਟੇ ਟਿਊਨਡ। ਅਤੇ ਚਲੋ ਮੇਨ ਵੀਡੀਓ 'ਤੇ ਚੱਲੀਏ, ਲੈਟਸ ਗੋ। ਅਸਲਾਮ ਵਾਲੇਕਮ ਜਨਾਬ, ਧਾਨ ਆਪਣਾ ਆ ਗਿਆ ਗੋਬ 'ਤੇ, ਪੋਟਾਸ਼ ਐੱਸ ਓ ਪੀ ਲਾਉਣ ਲੱਗੇ ਹਾਂ। ਆ ਤੁਸੀਂ ਚੈੱਕ ਕਰ ਸਕਦੇ ਹਾਂ, ਡਰੰਮ ਬਣ ਗਏ। ਹੁਣ ਬਸ ਇਹਨੇ ਨਿਸਰ ਜਾਣਾ ਦੋ ਚੌਂ ਦਿਨਾਂ 'ਤੇ, ਅਤੇ ਗੋਬ 'ਤੇ ਆ ਗਿਆ ਵਾ। ਇੱਥੇ ਦੀ ਜ਼ਰੂਰਤ ਹੈਗੀ ਆ ਪੋਟਾਸ਼ ਦੀ, ਅਗਰ ਤੁਸੀਂ ਪਹਿਲੇ ਨਹੀਂ ਪਾਈ ਤਾਂ ਆਪਾਂ ਕਦੇ ਪਹਿਲੇ ਪਾਈ ਨਹੀਂ। ਅਤੇ ਉਸ ਤੋਂ ਬਾਅਦ ਇਹਨੂੰ ਦਾਣੇਦਾਰ ਜ਼ਹਿਰ ਜਿਹੜੀ ਆ ਉਹ ਛੱਟਾ ਕਰਾਂਗੇ। ਉਹ ਕਿਹੜੀ ਕਰਨੀ ਉਹ ਵੀ ਮੈਂ ਤੁਹਾਨੂੰ ਦੱਸਦਾ, ਜਦੋਂ ਕੀਤੀ ਅਤੇ ਪੋਟਾਸ਼ ਫਲੱਡ ਹੋਣ ਲੱਗੀ ਆ 10 ਕਿਲੋਗ੍ਰਾਮ ਪਰ ਏਕੜ। ਕਾਇਨਾਤ ਧਾਨ ਆ ਇਹ ਪੱਕੇ ਵੱਟ ਦੀ ਜ਼ਮੀਨ ਦੇ ਵਿੱਚ। ਧੁੱਪ ਵੀ ਅੱਜ ਕੱਲ੍ਹ ਬੜੀ ਪੈਂਦੀ ਹੈ, ਸਪਤੰਬਰ ਦਾ 22-23 ਤਰੀਕ ਅੱਜ। ਇੱਕ ਕਿਆਰੇ 'ਚ ਅੱਜ ਪਾਣੀ ਬਾਰਿਸ਼ਾਂ ਦਾ ਖੜਾ ਸੁੱਕਿਆ ਹੀ ਨਹੀਂ, ਉਹਨੂੰ ਦੁਆ ਸਪਰੇਅ ਕਰਾਂਗੇ ਕਿਉਂਕਿ ਫਲੱਡ ਤਾਂ ਉਹਦੇ ਵਿੱਚ ਹੋਣੀ ਨਹੀਂ। ਪਾਣੀ ਆਲਰੇਡੀ ਮੌਜੂਦ ਆ, ਉਹ ਵੀ ਤੁਹਾਨੂੰ ਦਿਖਾਉਣਾ ਕਿ ਮਕਦਾਰ 'ਤੇ ਕਿਵੇਂ ਕਰਨੀ। ਅਗਰ ਤੁਸੀਂ ਫਲੱਡ ਨਹੀਂ ਕਰ ਸਕਦੇ ਤਾਂ ਸਪਰੇਅ ਵੀ ਕਰ ਸਕਦੇ ਹਾਂ, ਉਹ ਮਕਦਾਰ ਵੀ ਮੈਂ ਤੁਹਾਨੂੰ ਦੱਸੂੰਗਾ। ਹਾਂਜੀ, ਤਾਂ ਜਨਾਬ ਦਾਣੇਦਾਰ ਦਾ ਆ ਗਿਆ ਟਾਈਮ ਪਾਣੇ ਦਾ। ਦੇਖ ਸਕਦੇ ਹਾਂ ਤੁਸੀਂ ਸਟਾਰ 4G, ਇਹ ਹੈਗੀ ਹੈ ਕਾਰ ਟੇਪ ਹਾਈਡਰੋਕਲੋਰਾਈਡ 40 ਗ੍ਰਾਮ ਪਰ ਕੇ ਜੀ, 4% ਦਾਣੇਦਾਰ ਆ ਇਹ। ਅੱਗੇ ਤੁਹਾਨੂੰ ਪਤਾ 0.6% ਪਾਈ ਆ, ਉਹਦੇ ਕੋਈ ਚਸ ਚੂਸ ਨਹੀਂ, ਇਹ ਤਜਰਬੇ ਦੇ ਬਿਨਾਂ 'ਤੇ ਮੈਂ ਪਾ ਰਿਹਾ ਵਾਂ। ਅੱਗੇ ਮੋਨੋ ਵੀ ਪਾਈ ਦੀ ਆ, ਉਹਦਾ ਜ਼ਿਆਦਾ ਰਿਜ਼ਲਟ ਆ ਉਹਦੇ ਨਾਲੋਂ ਵਿਟਾਕੋ ਨਾਲੋਂ, ਕਿਉਂਕਿ ਵਿਟਾਕੋ ਦੇ ਵਿੱਚ ਵੀ ਉਹੀ 0.6% ਆ, ਅਤੇ ਜਿਹੜੀ ਮੈਂ ਪਾਈ ਸੀ ਕਮਾਨ ਉਹ ਵੀ ਕੰਪਨੀ ਦਾ ਫਰਕ ਆ, ਅਤੇ ਕੋਈ ਫਾਇਦਾ ਨਹੀਂ ਉਹਨਾਂ ਦਾ। ਐਵੇਂ 2-4 ਦਿਨਾਂ ਨੂੰ ਵਾਸਤੇ ਬਸ ਐਵੇਂ ਝਲਕ ਹੀ ਦਿਖਾਉਣੀਆਂ, ਹੋਰ ਕੋਈ ਨਹੀਂ। ਦੇਰ ਪਾ ਸਰ, ਬਿਲਕੁਲ ਫਜ਼ੂਲ ਅਤੇ ਬਕਵਾਸ, ਕਦੇ ਵੀ ਨਾ ਇਸਤੇਮਾਲ ਕਰੋ ਉਹ। ਮੋਨੋ ਵੀ ਹਾਈਪੋ ਪਾ ਲਓ, ਕਾਰਟਿਪ ਪਾ ਲਓ, ਕਾਰਬੋਫਿਊਰਾਨ ਪਾ ਲਓ, ਜਿਹੜੀ ਤੁਹਾਨੂੰ ਚੰਗੀ ਲੱਗੇ। ਕਾਰਬੋ ਤਾਂ ਖੈਰ ਚੜ੍ਹਦੀ ਆ, ਉਹਦੇ ਤੋਂ ਤਾਂ ਪਰਹੇਜ਼ ਹੀ ਕਰਨਾ ਚਾਹੀਦਾ। ਇਸ ਵਜ੍ਹਾ ਤੋਂ ਇਹ ਤਜਰਬੇ ਦੀ ਬਿਨਾਂ 'ਤੇ ਇਹ ਪਾਉਣ ਲੱਗਿਆ। ਇਹ ਫੀ ਏਕੜ ਦਾ 9 ਕਿਲੋਗ੍ਰਾਮ ਆ, ਅਤੇ ਹੁਣ ਪਾਉਂਦੇ ਹਾਂ ਧਾਨ ਨੂੰ ਪਾਣੀ। ਤਕਰੀਬਨ ਮੋਟਰ ਬੰਦ ਹੋਣ ਵਾਲੀ ਆ, ਟਾਈਮ 3:30 ਹੋ ਗਏ ਆ, ਅਤੇ ਦੁਪਹਿਰ ਨੂੰ ਪਾਉਣ ਲੱਗਿਆ। ਦੇਖੋ ਚੜ੍ਹਦੀ ਆ ਕਿ ਨਹੀਂ ਚੜ੍ਹਦੀ, ਇਹ ਵੀ ਤਜਰਬਾ ਹੋ ਜਾਊਗਾ। ਬਚ ਗਿਆ ਵਾ, ਉਦਾਂ ਨੱਕ ਉੱਤੇ ਤੇ ਮੂੰਹ 'ਚ ਵੜ ਗਈ ਆ, ਜ਼ੈਕਾ ਤਾਂ ਆ ਗਿਆ ਲੇਕਿਨ ਗਿਰਿਆ ਤਾਂ ਨਹੀਂ, ਮੈਂ ਬਚ ਗਿਆ ਵਾਂ। ਅਤੇ ਜਨਾਬ ਆ ਜਿਹੜੇ ਵਿੱਚ ਪਾਣੀ ਖੜਾ ਸੀਗਾ, ਤੁਹਾਨੂੰ ਦੱਸਿਆ ਸੀ ਸਪਰੇਅ ਕਰਨੀ ਆ। 1/2 ਕਿਲੋ ਪੋਟਾਸ਼ ਆ ਐੱਸ ਓ ਪੀ, ਅਤੇ ਆ ਹੈਗੀ ਆ ਜ਼ਿੰਕ, ਇਹ ਹੈਗੀ 130 ਗ੍ਰਾਮ ਪਰ ਟੈਂਕੀ ਦੇ ਹਿਸਾਬ ਨਾਲ, ਇਹ ਉਹਨੂੰ ਸਪਰੇਅ ਕਰਨੀ ਆ। ਪੋਟਾਸ਼ ਦੀ ਜਗ੍ਹਾ 'ਤੇ 2 ਸਪਰੇਅ ਹੋਣੇ ਆ ਪੋਟਾਸ਼ ਦੇ, ਇੱਕ ਹੁਣ ਗੋਬ 'ਤੇ ਅਤੇ ਇੱਕ ਜਦੋਂ ਬੂਰ 'ਤੇ ਹੋਇਆ ਸਿੱਟੇ ਆ ਗਏ, ਉਸ ਤੋਂ ਬਾਅਦ ਇੱਕ ਕਰਨਾ ਵਾ ਅਤੇ ਡੋਜ਼ ਬਰਾਬਰ ਹੋ ਜਾਣੀ। ਚੰਗਾ, ਫਿਰ ਅਗਲੀ ਵਾਰੀ ਸਹੀ।